अज पहुंचे आने इत्थे सारियां नूं मेरे वल्लों वाहिगुरू जी का खालसा वाहिगुरू जी फतेह। ते एसोसीएशन जदों स्टार्ट हुई सी बड़ा अच्छा माहौल बनिया। थोरपे साहब ने बहुत ही मेहनत की और साड़ी एसोसीएशन जो है ये चालू हुई, इहदा काम शुरू होया। तकरीब असी भी काफ़ी साल तो इस एसोसीएशन दे नाल ही संपर्क विच हाँ। ये जो विच आके प्रॉब्लम आई है दो साल विच, ये सारियां वास्ते प्रॉब्लम आई, एक आदमी वास्ते नहीं है। इहदी वजह दे नाल सानू कुछ प्रॉब्लम आईया। बाकी कुछ ऑफिसर्स दा अपना अपना चलान दा ढंग हुंदा है, जीसी नू वो भी प्रॉब्लम विच आईया। नहीं तो पहले बड़ा अच्छा सिस्टम थोरपे साहब ने चलाया सी, जगह जगह जाके असी शहर स्कूल पिंडा विच जांदे सी, ते उत्थे जाके पूरी कैंटीन लैके जांदे सी, बड़े वधिया काम चलते ही, उत्थों दे पब्लिक जिहड़ी सारी इकट्ठी हो जांदी सी, ते कदी इधर आ जाणा कदी उधर, मतलब चारे पासे असी घूमदे सी, ते बड़ा वधिया सिस्टम सी। पर हुण भी चलो अच्छे सब अफसर आ गए ने साडे कोल, ते क्योंकि औखे सौखे समय आते रहते हैं जिंदगी, तो उन्होंने असी अपने दिल में नहीं लैना। और अगों सब तो बड़ी गल है कि जो एसोसीएशन बनी, कली एसोसीएशन के चार बंदे काम नहीं कर सकते, पर जब तक असी उन्होंने सपोर्ट नहीं करांगे तब तक एसोसीएशन अगे नहीं चल सकती। सो सपोर्ट बहुत जरूरी है, तो हर जिन्हें पंजाब दे विचों टोटल करीब आदमी सारे आने चाहिए ने, ਜਿੰਨੇ ਆਉਣਗੇ ਉਨੇ ਹੀ ਇੱਥੇ ਸਾਡੇ ਆਪਸ ਵਿੱਚ ਮਿਲਾਪ ਹੋਏਗਾ, ਮਿਲਾਂਗੇ, ਇੱਕ ਦੂਸਰੇ ਨੂੰ ਕਿਸੇ ਦੇ ਦੁੱਖ ਸੁੱਖ ਦਾ ਪਤਾ ਲੱਗਦਾ ਹੈ। ਉਹ ਆਦਮੀ ਨੂੰ ਆਪਣੀ ਲਾਈਫ ਵਿੱਚ ਵੀ ਆਦਮੀ ਇਹੋ ਜਿਹੇ ਕੋਈ ਦੁੱਖ ਤਕਲੀਫ ਆਉਂਦਾ ਹੈ ਤਾਂ ਉਹਨੂੰ ਜੱਜਮੈਂਟ ਹੁੰਦੀ ਹੈ ਕਿ ਵਾਕਈ ਕਿਵੇਂ, ਕਿਉਂਕਿ ਸ਼ੇਅਰ ਕਰਨ ਦੇ ਨਾਲ ਅੱਧਾ ਦੁੱਖ ਆਦਮੀ ਦਾ ਖਤਮ ਹੋ ਜਾਂਦਾ। ਕੁਛ ਆਦਮੀ ਦਿਲ 'ਚ ਆਪਣੀਆਂ ਬਿਮਾਰੀਆਂ ਲੈ ਕੇ ਬੈਠੇ ਰਹਿੰਦੇ ਨੇ ਅਤੇ ਉਹ ਦਿਲ ਦੇ ਵਿੱਚ ਹੀ ਰਹਿ ਜਾਂਦੀਆਂ ਨੇ, ਅਤੇ ਇੱਕ ਬਹੁਤ ਵੱਡਾ ਪਹਾੜ ਬਣ ਜਾਂਦਾ ਅੰਦਰੇ ਅੰਦਰ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਕਾਫੀ ਦੇਰ ਅਸੀਂ ਇਕੱਠੇ ਰਹੇ ਹਾਂ, ਅਤੇ ਜਦੋਂ ਗੱਲਬਾਤ ਕਰਦੇ ਹਾਂ ਤਾਂ ਉਹਦਾ ਜੋ ਹੈ ਦਿਲ ਦਾ ਜੋ ਬਿਮਾਰੀ ਹੈ ਉਹ ਦੂਰ ਹੋ ਜਾਂਦੀ ਹੈ ਗੱਲਾਂ ਬਾਤਾਂ ਦੇ ਨਾਲ, ਮਨ ਜੋ ਹੈ ਥੋੜ੍ਹਾ ਤਸੱਲੀ ਹੋ ਜਾਂਦੀ, ਮਹੀਨਾ ਆਰਾਮ ਨਾਲ ਨਿਕਲ ਜਾਂਦਾ ਸੀ। ਪਹਿਲੇ ਤਾਂ ਇਸੇ ਤਰ੍ਹਾਂ ਹਰ ਮਹੀਨੇ ਚੱਲਦਾ ਸੀ ਪ੍ਰੋਗਰਾਮ। ਸੋ ਕੱਢੀ ਸਾਹਿਬ ਨੇ ਬਹੁਤ ਵਧੀਆ ਪ੍ਰੋਗਰਾਮ ਕੀਤਾ, ਕਿਉਂਕਿ ਕਿਸੇ ਐਸੋਸੀਏਸ਼ਨ ਚਲਾਉਣਾ ਕੋਈ ਮਾੜੀ ਇਹ ਵੱਡੀ ਗੱਲ ਨਹੀਂ ਹੈ, ਲੇਕਿਨ ਬਹੁਤ ਹੀ ਕਠਿਨ ਹੈ, ਕਠਿਨ ਕੰਮ ਹੈ, ਕਿਉਂਕਿ ਆਦਮੀ ਨੂੰ ਇਕੱਠਾ ਕਰਨਾ, ਬੋਲਣਾ, ਚੱਲਣਾ, ਅੱਗੇ ਪਿੱਛੇ ਜਾਣਾ, ਅਫਸਰਾਂ ਨਾਲ ਮਿਲਣਾ, ਫਿਰ ਸਾਡੇ ਦੁੱਖ ਤਕਲੀਫ ਲੈ ਕੇ ਜਾਣਾ, ਅਤੇ ਸਾਡੇ 'ਚ ਸਿਰਫ ਇੰਨੀ ਕੁ ਸਪੋਰਟ ਇਹਨਾਂ ਨੂੰ ਚਾਹੀਦੀ ਹੈ ਕਿ ਅਸੀਂ ਇੱਥੇ ਹਾਜ਼ਰ ਹੋਈਏ ਅਤੇ ਇੱਥੇ ਆਉਂਦੇ ਹਾਂ, ਆ ਕੇ ਅਸੀਂ ਰੋਟੀ ਪਾਣੀ ਵੀ ਖਾਂਦੇ ਹਾਂ, ਉਹਦੇ ਵਾਸਤੇ ਵੀ ਚਾਰ ਪੈਸੇ ਚਾਹੀਦੇ ਨੇ, ਬਿਨਾਂ ਪੈਸੇ ਤੋਂ ਕੋਈ ਐਸੋਸੀਏਸ਼ਨ ਨਹੀਂ ਚੱਲਦੀ। ਇਹ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ, ਜੇ ਬੰਦੇ ਆਉਣਗੇ ਤਾਂ ਲੋੜ ਪੂਰੀ ਹੋਵੇਗੀ, ਨਹੀਂ ਆਉਣਗੇ ਤਾਂ ਇੱਦਾਂ 8-10 ਬੰਦਿਆਂ ਨਾਲ ਗੱਲ ਨਹੀਂ ਬਣਦੀ। ਸੋ ਇਹ ਰੈਗੂਲਰ ਅਸੀਂ ਆਈਏ, ਬਾਕੀ ਜੋ ਅੱਗੇ ਪ੍ਰੋਗਰਾਮ ਚੱਲਿਆ ਹੈ, ਲੋਹਣੇ ਕੰਡੀ ਸਾਹਿਬ ਨੂੰ ਦੱਸਿਆ ਹੈ ਕਿ ਅਸੀਂ ਸ਼ਾਇਦ ਉਸ ਟਾਈਮ ਇੱਥੇ ਨਹੀਂ ਹੋਵਾਂਗੇ, ਅਤੇ ਸਾਡੇ ਨਾਲ ਦੇ ਸਾਰੇ ਆਦਮੀ ਆਉਣਗੇ, ਅਸੀਂ ਬਾਹਰ ਜਾਣਾ ਹੈ, ਉੱਥੇ ਮਹੀਨਾ ਡੇਢ ਲੱਗੇਗਾ ਬਾਹਰ, ਇਸ ਲਈ ਨਹੀਂ ਪਹੁੰਚ ਸਕਦੇ, ਕੋਈ ਗੱਲ ਨਹੀਂ, ਲੇਕਿਨ ਸਾਰੇ ਬਾਕੀ ਆਦਮੀ ਇੱਥੇ ਹਾਜ਼ਰ ਹਨ, ਸਾਰੇ ਇਕੱਠੇ ਹੋਵੋ, ਕਿਉਂਕਿ ਸ਼ਹੀਦ ਸਾਡੀ ਜਾਨ ਨੇ, ਤੋ ਸਾਰੇ ਇਕੱਠੇ ਹੋ ਕੇ ਜਿੰਨੀ ਮਦਦ ਹੁੰਦੀ ਹੈ ਸਾਡੀ ਉਹਨਾਂ ਦੀ ਮਦਦ ਕਰ ਸਕੀ। ਤੋ ਸਾਰੇ ਹੀ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਆਏ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।